ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ। ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ, ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਈਕਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਸਾਰਿਆਂ ਨੂੰ ਤੇ ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ। ਅਸੀਂ ਆਪਣੇ ਨੀਟ ਆਈ ਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ ਆਪਣੇ ਨਿਊ ਸਟੂਡੈਂਟ ਦੇ ਨਾਲ ਤੁਹਾਨੂੰ ਮਿਲਾ ਰਹੇ ਹਾਂ। ਤੇ ਭਾਬੀ ਜੀ ਦਾ ਨਾਮ ਪਲਵਿੰਦਰ ਕੌਰ, ਜਿਹੜੇ ਥੋੜੇ ਦਿਨ ਪਹਿਲਾਂ ਆਪਣਾ ਟੈਸਟ ਕਲੀਅਰ ਕਰਕੇ ਪਾਸ ਹੋਏ ਨੇ। ਆ ਦੇਖੋ ਜੀ, ਉਹਨਾਂ ਨੇ ਸਾਡੇ ਕੋਲੋਂ ਕੋਚਿੰਗ ਲੈ ਕੇ, ਨੀਟ ਆਈ ਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ ਕੋਚਿੰਗ ਲੈ ਕੇ ਆਪਣੀ ਸਟੱਡੀ ਕੰਪਲੀਟ ਕਰਕੇ ਟੈਸਟ ਦਿੱਤਾ ਹੈ। ਤਿਆਰ ਜੋ ਪਾਸ ਹੋ ਗਏ ਨੇ। ਤੇ ਭਾਬੀ ਜੀ ਸਾਲ ਤੋਂ ਦੀ ਫੋਨੀ ਤੋਂ ਆਉਂਦੇ ਰਹੇ ਨੇ ਕਲਾਸ ਲਾਉਣ ਵਾਸਤੇ। ਇਕੱਲੇ ਬੱਸ ਦਾ ਸਫ਼ਰ ਕਰਨਾ, ਘਰ ਦੇ ਕੰਮ ਕਾਰਨ, ਮਤਲਬ ਕੰਮਾਂ ਕਾਰਨ ਤੁਹਾਨੂੰ ਪਤਾ ਹੀ ਕਿੰਨਾ ਕੁ ਵਿਹਲ ਲੱਗਦਾ ਹੈ। ਬੱਚੇ ਨੇ ਉਹਨਾਂ ਦੇ, ਆਪਣਾ ਪਰਿਵਾਰ ਆ, ਫਿਰ ਵੀ ਸਾਰਾ ਕੰਮ ਕਰਕੇ ਘਰ ਦਾ ਸਵੇਰੇ ਆਉਣਾ। ਸਾਡੇ ਕੋਲ ਕਲਾਸ ਉਹਨਾਂ ਨੇ ਜੁਆਇਨ ਕੀਤੀ, ਮਤਲਬ ਆਪਾਂ ਨੂੰ 3-4 ਮਹੀਨੇ ਹੋ ਗਏ ਨੇ। 3-4 ਮਹੀਨੇ ਦੇ ਵਿੱਚ ਇਹਨਾਂ ਨੇ ਕਲੀਅਰ ਕੀਤੀ ਆਪਣੀ ਸਟੱਡੀ। ਅਤੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਉਹ ਲੇਡੀਜ਼ ਜਿਹੜੀਆਂ ਕਹਿੰਦੀਆਂ ਨੇ ਵੀ ਅਸੀਂ, ਸਾਡੇ ਵਾਸਤੇ ਥੋੜ੍ਹਾ ਔਖਾ ਹੈ, ਅਸੀਂ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਜਿਹੜੇ ਲੇਡੀਜ਼ ਕਹਿੰਦੇ ਵੀ ਸਾਨੂੰ ਬੋਲੀ ਨਹੀਂ ਆਉਂਦੀ ਹੈਗੀ, ਪਰ ਜੇ ਆਪਾਂ ਇੱਥੇ ਸਕੂਲ ਦੇ ਵਿੱਚ ਬੋਲੀ ਪੜ੍ਹਦੇ ਵੀ ਹਾਂ, ਸਿੱਖਦੇ ਵੀ ਹਾਂ, ਪਰ ਜਿਹੜੀ ਲਾਇਸੈਂਸ ਵਾਸਤੇ ਆਪਾਂ ਨੂੰ ਬੋਲੀ ਚਾਹੀਦੀ ਆ ਉਹ ਬਿਲਕੁਲ ਥੋੜ੍ਹੀ ਹਟ ਕੇ ਆ, ਜਿਹੜੀ ਆਪਾਂ ਨਾਲੋਂ ਰੈਗੂਲਰ ਇੱਥੇ ਸਕੂਲ ਜਾਂਦੇ ਹਾਂ ਆਪਾਂ ਇਟਾਲੀਅਨ ਦੇ ਵਿੱਚ, ਉਸ ਚੀਜ਼ ਤੋਂ ਵੀ ਥੋੜ੍ਹੀ ਹਟ ਕੇ ਹੈ ਲੈਂਗੁਏਜ। ਇਸ ਕਰਕੇ ਕੋਈ ਪ੍ਰੋਬਲਮ ਜ਼ਿਆਦਾ ਨਹੀਂ ਹੈਗੀ, ਕਿਉਂਕਿ ਉਹ ਤੋਂ ਜਿਹੜੀ ਆਪਾਂ ਹੋਰ ਸੌਖੀ ਕਰਨ ਦੇ ਵਾਸਤੇ, ਜਿਹੜੀ ਸਾਡੀ ਵੈਬਸਾਈਟ ਆ, ਤੁਸੀਂ ਗੂਗਲ ਦੇ ਵਿੱਚ ਸਰਚ ਕਰ ਸਕਦੇ ਹੋ, ਨੀਟ ਆ ਇਟਾਲੀਅਨ ਡਰਾਈਵਿੰਗ ਲਾਇਸੈਂਸ ਲਿਖ ਕੇ ਤੁਸੀਂ ਚੈੱਕ ਕਰ ਸਕਦੇ। ਤੁਸੀਂ ਉੱਥੇ ਜਿਹੜੀ ਆਪਣੀ ਇੱਕ ਅੱਧੇ ਘੰਟੇ ਦੀ ਆਪਣੀ ਡੈਮੋ ਜਿਹੜੀ ਅਸੀਂ ਰਿਕਾਰਡਿੰਗ ਕੀਤੀ ਹੋਈ ਆ, ਤੁਸੀਂ ਸੁਣ ਸਕਦੇ ਹੋ ਸਾਡੇ ਵੱਲੋਂ ਕਿੱਦਾਂ ਪੜ੍ਹਾਇਆ ਜਾ ਰਿਹਾ ਹੈ। ਉਹਦੇ ਉੱਪਰ ਸਾਰੀ ਬੁੱਕ ਜਿਹੜੀ ਅਸੀਂ ਟ੍ਰਾਂਸਲੇਟ ਕੀਤੀ ਹੋਈ ਹੈ ਪੰਜਾਬੀ ਦੇ ਵਿੱਚ, ਅਤੇ ਮਤਲਬ ਕਹਿ ਸਕਦੇ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਲਾਇਸੈਂਸ ਲੇਡੀ ਵਾਸਤੇ, ਜਾਂ ਜਿਹਨੂੰ ਬੋਲੀ ਨਹੀਂ ਆਉਂਦੀ ਹੈਗੀ, ਕੋਈ ਵੀ ਪਰਸਨ ਆ, ਅਤੇ ਤੁਸੀਂ ਸਾਡੇ ਕੋਲੋਂ ਕਲਾਸਾਂ, ਕੋਚਿੰਗ ਲੈ ਕੇ, ਸਾਡੀ ਵੈਬਸਾਈਟ ਦੀ ਹੈਲਪ ਲੈ ਕੇ ਅਤੇ ਕਰ ਸਕਦੇ ਹੋ। ਹੁਣ ਤੁਸੀਂ, ਅਸੀਂ ਤੁਹਾਨੂੰ ਭਾਬੀ ਜੀ ਦੇ ਨਾਲ ਮਿਲਾਉਂਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਆ ਰਿਹਾ ਸਾਡੇ ਨਾਲ ਪੜ੍ਹ ਕੇ, ਅਤੇ ਅੱਜ ਉਹਨਾਂ ਨੂੰ ਕਿਵੇਂ ਦਾ ਫੀਲ ਹੋ ਰਿਹਾ ਲਾਇਸੈਂਸ ਕਲੀਅਰ ਕਰਕੇ ਆਪਣਾ ਟੈਸਟ। ਭਾਬੀ ਜੀ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਮੈਨੂੰ ਦੇਖ ਰਹੇ ਨੇ, ਔਰ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਵੀਰ ਜੀ ਸਾਨੂੰ ਕੋਚਿੰਗ ਦੇ ਰਹੇ ਆ ਲਾਇਸੈਂਸ ਦੀ, ਉਹ ਬਹੁਤ ਵਧੀਆ ਦੇ ਰਹੇ ਆ। ਮੈਂ ਇਹਨਾਂ ਕੋਲ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਮੈਨੂੰ ਪੜ੍ਹਾਇਆ ਹੈ ਅਤੇ ਮੈਂ ਅੱਜ ਲਾਇਸੈਂਸ ਪਾਸ ਕੀਤਾ ਹੈ। ਇੱਥੋਂ ਤੱਕ ਕਿ ਬਹੁਤ ਸੌਖਾ ਹੈ, ਕੋਈ ਕਰਨਾ ਔਖਾ ਨਹੀਂ ਹੈਗਾ। ਕੋਸ਼ਿਸ਼ ਕਰੋ, ਮੇਰੀਆਂ ਭੈਣਾਂ ਨੂੰ ਵੀ ਸਾਰਿਆਂ ਨੂੰ ਹੈਗੀ ਆ ਬੇਨਤੀ ਕਿ ਤੁਸੀਂ ਕਰੋ, ਕੋਸ਼ਿਸ਼ ਕਰੋ। ਕੋਸ਼ਿਸ਼ ਕਰਨ ਨਾਲ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ। ਤੁਹਾਨੂੰ ਵੀ ਕਾਫੀ ਪ੍ਰੋਬਲਮਸ ਆਉਂਦੀਆਂ ਰਹੀਆਂ ਨੇ, ਜਿਵੇਂ ਤੁਹਾਡੀ ਫੈਮਿਲੀ ਸੀ, ਤੁਹਾਡੇ ਛੋਟੇ ਬੱਚੇ ਸੀਗੇ ਨਾਲ, ਤੁਸੀਂ ਆਪਣੇ ਭਤੀਜੇ ਨੂੰ ਵੀ ਕਾਫੀ ਸਾਂਭਦੇ ਰਹੇ ਤੇ ਨਾਲ ਆਪਣੀ ਪੜ੍ਹਾਈ ਵੀ ਤੁਸੀਂ ਘਰੇ ਬੈਠ ਕੇ ਵੀ ਕਰਦੇ ਰਹੇ, ਜਿਹੜੀ ਕਾਫੀ ਤੁਹਾਨੂੰ ਹੈਲਪ ਮਿਲੀ। ਸਾਡੀ ਜਿਹੜੀ ਵੈਬਸਾਈਟ ਅਸੀਂ ਆਪਣੀ ਟ੍ਰਾਂਸਲੇਟ ਕੀਤੀ ਬੁੱਕ, ਉਹਦੇ ਤੋਂ ਕਾਫੀ ਤੁਹਾਨੂੰ ਹੈਲਪ ਮਿਲੀ। ਬਹੁਤ ਜ਼ਿਆਦਾ ਹੈਲਪ ਮਿਲੀ ਹੈ ਵੈਬਸਾਈਟ ਤੋਂ, ਬਹੁਤ ਵਧੀਆ ਹੈ। ਜਦੋਂ ਵੀ ਮੈਂ ਸਕੇਲੇ ਕਰਦੀ ਹਾਂ, ਕੋਈ ਵੀ ਮਿਸਟੇਕ ਹੋ ਜਾਂਦੀ ਕਿਸੇ ਵੀ ਕੁਐਸਚਨ 'ਚ, ਮੈਂ ਉਸ ਵੇਲੇ ਵੈਬਸਾਈਟ ਦਾ ਸਹਾਰਾ ਲੈ ਕੇ ਉੱਤੋਂ ਦੇਖ ਕੇ ਕਰਦੀ ਸੀਗੀ ਕਿਉਂ ਗਲਤੀ ਹੋਈ ਆ। ਜੇ ਮੈਨੂੰ ਨਹੀਂ ਪਤਾ ਲੱਗਦਾ ਫਿਰ ਮੈਂ ਵੀਰ ਜੀ ਨੂੰ ਵਟਸਐਪ ਤੇ ਕਾਲ ਕਰਕੇ ਪੁੱਛਦੀ ਸੀ। ਤੁਸੀਂ ਕੱਲ ਨੂੰ, ਹਾਂਜੀ, ਭਾਬੀ ਜੀ ਨੇ ਜਿਵੇਂ ਕਿਹਾ ਕਿ ਮਤਲਬ ਸਾਨੂੰ ਸਮਝ ਨਹੀਂ, ਕਿਸੇ ਕੁਐਸਚਨ ਦੀ ਸਮਝ ਨਹੀਂ ਲੱਗਦੀ, ਕਿਉਂ ਵੈਰ ਹੋ ਗਿਆ, ਕਿਉਂ ਫਾਲਸ ਹੋ ਗਿਆ, ਉਹਦੇ ਲਈ ਸਾਡੇ 3-4 ਨੰਬਰ ਵਟਸਐਪ ਦੇ ਨੇ ਜਿਹੜੇ ਹਰ ਵੇਲੇ ਅਵੇਲੇਬਲ ਰਹਿੰਦੇ ਨੇ। ਤੁਸੀਂ 24 ਘੰਟੇ ਉੱਥੇ ਮੈਸੇਜ ਕਰ ਸਕਦੇ ਹੋ, ਪੁੱਛ ਸਕਦੇ ਹੋ, ਸਾਨੂੰ ਫੋਨ ਕਾਲ ਕਰ ਸਕਦੇ ਹੋ। ਫਿਰ ਤੁਹਾਨੂੰ, ਤੁਸੀਂ ਕਾਲ ਕਰੋਗੇ ਸਾਨੂੰ ਤਾਂ ਅਸੀਂ ਤੁਹਾਨੂੰ ਕਹਾਂਗੇ ਨਹੀਂ, ਅਸੀਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਜਾਂ ਬਿਜ਼ੀ ਆ ਕੁਛ ਵੀ ਆ। ਸਾਡਾ ਮਕਸਦ ਇਹ ਹੈ ਵੀ ਜਿਹੜਾ ਸਟੂਡੈਂਟ ਸਾਡੇ ਨਾਲ ਜੁੜਦਾ ਹੈ, ਨੀਟ ਆ ਇਟਾਲੀਅਨ ਡਰਾਈਵਿੰਗ ਲਾਇਸੈਂਸ ਦੇ ਨਾਲ ਜੁੜਦਾ ਹੈ, ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਹਨੂੰ ਪਾਸ ਕਰਵਾਉਣਾ ਹੈ, ਨਾ ਕਿ ਅਸੀਂ ਉਹਨਾਂ ਨੂੰ ਅੱਧ ਦੇ ਵਿੱਚ ਛੱਡ ਦੇਣਾ ਹੈ। ਕੋਈ ਇੱਦਾਂ ਦਾ ਸਾਡੀ ਸੋਚਣੀ ਨਹੀਂ ਹੈਗੀ, ਸਾਡੀ ਸੋਚਣੀ ਆ ਵੀ ਅਸੀਂ ਸਾਰੇ ਨਾਲ ਸਟੂਡੈਂਟ ਜਿੰਨੇ ਵੀ ਜੁੜੇ ਨੇ ਉਹਨਾਂ ਨੂੰ ਅਸੀਂ ਪਾਸ ਕਰਾਈਏ ਉਹਨਾਂ ਨੂੰ। ਤੇ ਤੁਹਾਨੂੰ ਅੱਜ ਕਿਵੇਂ ਦਾ ਫੀਲ ਹੋ ਰਿਹਾ ਹੈ? ਕਾਫੀ ਜਿਹੜੀ ਦਿਮਾਗ ਫ੍ਰੀ ਮਾਈਂਡ ਹੋ ਗਿਆ ਹੁਣ ਅੱਜ ਤੇ। ਹਾਂਜੀ ਹਾਂਜੀ, ਬਿਲਕੁਲ ਬਹੁਤ ਵਧੀਆ ਲੱਗ ਰਿਹਾ ਹੈ ਕਿ ਅਸੀਂ ਲਾਇਸੈਂਸ ਕਰਕੇ ਕੋਈ ਕੰਮ ਕਰਾਂਗੇ, ਕੋਈ ਜੌਬ ਕਰਾਂਗੇ, ਇੱਥੇ ਕੁਛ ਨਾ ਕੁਛ ਕਰੀਏ, ਕੋਈ ਨਾ ਕੋਈ ਆਪਣੇ ਫਿਊਚਰ ਆਉਣ ਵਾਸਤੇ ਤੁਸੀਂ ਅੱਗੇ ਵੱਧ ਸਕਦੇ ਹੋ। ਬੀ ਲਾਇਸੈਂਸ ਦੇ ਨਾਲ ਕਾਫੀ ਜ਼ਿਆਦਾ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਨੇ ਇਟਾਲੀ ਦੇ ਵਿੱਚ। ਇੱਕ ਤਾਂ ਆਪਣੀ ਤੁਸੀਂ ਵਹੀਕਲ ਚਲਾ ਸਕਦੇ, ਕੋਈ ਵੀ ਗੱਡੀ ਲੈ ਕੇ, ਖਾਸ ਕਰਕੇ ਹਸਬੈਂਡ ਕੰਮ ਤੇ ਜਾਂਦੇ ਨੇ ਤੇ ਬੱਚਿਆਂ ਨੂੰ ਲੈ ਕੇ ਜਾਣਾ ਹਸਪੀਟਲ,
ਫਿਰ ਬੱਸਾਂ ਦੇ ਧੱਕਿਆਂ ਤੋਂ ਬਚ ਜਾਂਦੇ ਹਾਂ ਆਪਾਂ। ਸੋ ਲਾਸਟ 'ਤੇ ਇਹੀ ਆ ਕਿ ਜਿਹੜੀ ਵੀ ਲੇਡੀਜ਼ ਕਹਿੰਦੇ ਨੇ ਅਸੀਂ ਕਰਨਾ ਚਾਹੁੰਦੇ ਹਾਂ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਕਿ ਉਹ ਕਰ ਨਹੀਂ ਸਕਦੇ ਹੈਗੇ। ਜੇ ਆਪਾਂ ਇੰਡੀਆ ਸਟੱਡੀ ਕਰਦੇ ਰਹੇ ਹਾਂ ਤਾਂ ਇੱਥੇ ਵੀ ਥੋੜ੍ਹੀ ਜਿਹੀ ਮਿਹਨਤ ਕਰਕੇ ਤਾਂ ਆਪਾਂ ਜਿਹੜਾ ਲਾਇਸੈਂਸ ਆ ਹਾਸਲ ਕਰ ਸਕਦੇ ਹਾਂ। ਮੈਂ ਸਪੈਸ਼ਲੀ ਨੇਟਿਵ ਵੀਰ ਜੀ ਦਾ ਵੀ ਥੈਂਕਸ ਕਰਨਾ ਚਾਹੁੰਦੀ ਹਾਂ, ਰੋਮੀ ਵੀਰ ਜੀ ਦਾ ਵੀ ਜਿਹੜੇ ਮੈਨੂੰ ਘਰੋਂ ਲੈ ਕੇ ਜਾਂਦੇ ਰਹੇ, ਮੇਰੀ ਫਾਈਲ ਜਮ੍ਹਾਂ ਕਰਵਾਉਣ, ਅਟੈਂਡ ਲੈਣ, ਸਾਰਾ ਕੁਛ। ਹਾਂਜੀ ਰਾਣਾ ਵੀਰ ਜੀ ਜੋ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਇਆ ਹੈ, ਥੈਂਕ ਯੂ ਤੁਹਾਡਾ। ਉਹਨਾਂ ਦਾ ਮੈਂ ਫਿਰ ਦੁਬਾਰਾ ਥੈਂਕਸ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਓਕੇ ਜੀ, ਅਤੇ ਅਸੀਂ ਲਾਸਟ 'ਤੇ ਭਾਬੀ ਨੂੰ ਵਧਾਈ ਦਿੰਦੇ ਹਾਂ, ਅਤੇ ਉਹਨਾਂ ਦੇ ਵਿਧੀ ਸ਼ੁਰੂ ਹੋਣੇ ਥੋੜ੍ਹੀ ਦੇਰ ਤੱਕ, ਅਤੇ ਜਦੋਂ ਤੁਸੀਂ ਲਾਇਸੈਂਸ ਲੈ ਕੇ ਆਓਗੇ ਤਾਂ ਤੁਹਾਡੀ ਆਪਾਂ ਨਿਊ ਵੀਡੀਓ ਫਿਰ ਬਣਾਵਾਂਗੇ। ਤਦ ਤੱਕ ਸਾਰਿਆਂ ਸਤਿ ਸ਼੍ਰੀ ਅਕਾਲ, ਅਸੀਂ ਆਪਣੇ ਅਗਲੇ ਸਟੂਡੈਂਟ ਦੇ ਨਾਲ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਨੀਟ ਇਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ। ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।